ਸੀਆਰਪੀਐਫ ਦੇ ਡੀਆਈਜੀ ਸੁਨੀਲ ਥੋਰਪੇ ਦੀ ਪਤਨੀ ਅਤੇ ਆਦਰਸ਼ ਪਬਲਿਕ ਸਕੂਲ ਮੋਗਾ ਦੀ ਪ੍ਰਿੰਸੀਪਲ ਮੈਡਮ ਸੁਨੀਤਾ ਥੋਰਪੇ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜੈਮਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਮੈਡਮ ਸੁਨੀਤਾ ਥੋਰਪੇ ਨੇ ਪੰਜਾਬ ਕੇਸਰੀ ਗਰੁੱਪ ਵੱਲੋਂ ਭੇਜੇ ਸ਼ਹੀਦ ਪਰਿਵਾਰ ਫੰਡ ਦਾ ਫਾਰਮ ਵੀ ਪਰਿਵਾਰ ਨੂੰ ਸੌਂਪਿਆ ਅਤੇ ਕਿਹਾ ਕਿ ਸ਼ਹੀਦ ਜਵਾਨ ਦੇਸ਼ ਦਾ ਮਾਣ ਹਨ। ਇਸ ਮੌਕੇ ਉਹਨਾਂ ਨਾਲ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਕੰਢੀ ਅਤੇ ਸੁੱਚਾ ਸਿੰਘ ਪ੍ਰਧਾਨ ਕਪੂਰਥਲਾ ਵੀ ਹਾਜ਼ਰ ਸਨ। ਮੋਗਾ ਤੋਂ ਲਾਈਵ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ। ਬਹੁਤ ਜ਼ਿਆਦਾ ਆਹੀਂ ਦੇਖ ਲਓ ਇੱਥੇ ਦੱਸਣ ਦੀ ਬਜਾਏ ਕੋਈ ਕੰਮ ਇਹਨਾਂ ਨੂੰ ਦਿੱਲੀ ਜਾ ਕੇ ਜਾਈਦਾ ਦੱਸਣ, ਉਹ ਫਿਰ ਸਾਨੂੰ ਰੋਕਦੇ ਆ, ਨਾਨਾ ਕਾਕਾ ਇੱਥੇ ਨਾ, ਉਹ ਮੈਨੂੰ ਫੋਨ 'ਤੇ ਗੱਲ ਦੱਸ ਦਿਉ ਅਤੇ ਬਹੁਤ ਹੈਲਪ ਸਾਡੇ ਨਾ ਸ਼ਹੀਦ ਪਰਿਵਾਰ ਜਾਂ ਪੈਨਸ਼ਨਰ ਜਿਹੜੇ ਇੱਦਾਂ ਦੇ ਸੀ ਨਾ ਜਿਨ੍ਹਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ, 19 ਬੱਚਿਆਂ ਨੂੰ ਸਾਹਿਬ ਨੇ ਨੌਕਰੀ ਦਵਾਈ ਹੈ ਉਹਨਾਂ ਦੇ ਕੇਸ ਪੁੱਟ ਆਫ ਕਰਕੇ ਸਾਰਿਆਂ ਨੂੰ, ਮਤਲਬ ਇੰਨੀ ਮਿਹਰਬਾਨੀ ਇਹਨਾਂ ਦੀ, ਇੰਨਾ ਮਿਹਨਤ ਕਰਦੇ ਸਾਹਿਬ। ਪਠਾਨਕੋਟ ਨਾ ਮੈਮ ਮੀਟਿੰਗ ਰੱਖੀ, ਉੱਥੇ ਜਿੰਨੇ ਸੀਗੇ ਸਭੀ ਸ਼ਹੀਦ ਪਰਿਵਾਰ ਹੀ, ਅਤੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਹੁਣ ਆਪਾਂ ਕਰਨਾ ਕੀ ਆ ਅੱਗੇ, ਵੀ ਕਿਹਨੂੰ ਐਪਲੀਕੇਸ਼ਨ ਲਿਖੀਏ, ਕਿੱਧਰ ਨੂੰ ਭੇਜਣਾ, ਕੀ ਕਰਨਾ, ਜਿੱਦਾਂ ਹੁਣ ਪੈਨਸ਼ਨ ਅਦਾਲਤ ਲਾਈਏ, ਇੱਦਾਂ ਹੀ ਉੱਥੇ ਅਸੀਂ ਕੀਤੀ ਅਤੇ ਕੁਝ ਹੀ ਲਈ ਐਪਲੀਕੇਸ਼ਨਾਂ ਇੰਨੀਆਂ ਦੇਖ ਕੇ ਸਭ ਹੈਰਾਨ ਹੋ ਗਏ, ਕਹਿੰਦੇ ਤੁਸੀਂ ਅੱਜ ਤੱਕ ਦਿੱਤੀ ਨਹੀਂ ਐਪਲੀਕੇਸ਼ਨ, ਉਹ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਅਸੀਂ ਕਿਹਨੂੰ ਦਈਏ, ਅਤੇ ਸਭੀ ਐਪਲੀਕੇਸ਼ਨਾਂ ਵਿੱਚੋਂ 19 ਉਸ ਲਈ ਇਹਨਾਂ ਨੇ ਸਿਲੈਕਟ ਕਰਤੀਆਂ, ਵੀ 5-4 ਤਾਂ ਉਹ ਹੀ ਜਿਨ੍ਹਾਂ ਦਾ ਨਹੀਂ ਹੋ ਸਕਦਾ ਹੈ, ਉਹ ਕਹਿੰਦੇ ਵੀ ਤੁਹਾਡਾ ਮੈਂ ਬਾਅਦ 'ਚ ਦੇਖਦਾ। ਪਠਾਨਕੋਟ ਬੈਠਿਆਂ ਨੇ 19 ਬੱਚਿਆਂ ਦੇ ਉੱਥੋਂ ਹੀ ਇਹਨਾਂ ਨੇ ਕਾਰਵਾਈ ਕਰਕੇ ਭੇਜਤੀ, ਅਤੇ ਮੇਰਾ ਖਿਆਲ ਆ 15 ਕੁ ਦਿਨ ਲੱਗੇ ਜੀ, 15 ਦਿਨਾਂ 'ਚ ਉਹਨਾਂ ਨੂੰ ਆ ਗਿਆ ਵੀ ਗਰੁੱਪ ਸੈਂਟਰ 'ਚ ਸੱਦੋ ਅਤੇ ਇਹਨਾਂ ਨੂੰ 15 ਦਿਨ ਟ੍ਰੇਨਿੰਗ ਦੇਵੋ, ਅਤੇ ਇਹਨਾਂ ਦਾ ਬੋਰਡ ਡਿਟੇਲ ਹੋ ਗਿਆ, ਇਹਨਾਂ ਨੂੰ ਭਰਤੀ ਕਰੋ, ਫਿਰ ਉਹ ਹਾਂ ਹੋ ਗਏ ਜੀ।